ਤੇ ਪਹਿਲੀ ਅਸ਼ਟਪਦੀ ਉਹ ਜਦੋਂ ਉਹਦੇ ਅਰਥ ਘਰ ਬਹਿ ਕੇ ਥੋੜੇ ਡਿਟੇਲ ਨਾਲ ਸਮਝੇ ਤੇ ਮੈਨੂੰ ਕੁਝ ਹੋਣਾ ਸ਼ੁਰੂ ਹੋ ਗਿਆ ਸੀ ਕਿ ਮਹਾਰਾਜ ਇੰਨੀ ਤਾਕਤ ਹੈ ਸਿਮਰਨ ਚ। ਪਹਿਲੀ ਅਸ਼ਟਪਦੀ ਜਿਹੜੀ ਨਾ ਕਦੀ ਬਰੀਕੀ ਨਾ ਪੜਿਓ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਝੇ। ਹੱਦ ਹੋ ਗਈ, ਭਰਾ ਵੱਲ 2 ਲੱਖ ਵੱਧ ਚੱਲ ਗਿਆ, ਚਿੰਤਾ ਹੀ ਕੋਈ, ਤ੍ਰਿਸ਼ਨਾ ਹੀ ਬੁੱਝ ਗਈ, ਮਸਲੇ ਖਤਮ ਹੋ ਗਏ। ਪ੍ਰਭ ਕੈ ਸਿਮਰਨ ਸਭ ਕੁਛ, ਪ੍ਰਭ ਕੈ ਸਿਮਰਨ ਨਾ ਹੀ ਜਮ ਤਰਸ। ਹੱਦ ਹੋ ਗਈ, ਸਿਮਰਨ ਚ ਇੰਨੀ ਤਾਕਤ, ਜਮਾ ਦਾ ਡਰ ਹੀ ਨਹੀਂ ਰਿਹਾ। ਪ੍ਰਭ ਕੈ ਸਿਮਰਨ ਪੂਰਨਸ, ਪ੍ਰਭ ਕੈ ਸਿਮਰਨ ਮਨ ਕੀ ਮਲ ਚ। ਜਿੰਨੇ ਆਪਾਂ ਕਹਿੰਦੇ ਹਾਂ ਮਨ ਨਹੀਂ ਜੁੜਦਾ, 2 ਤਹਿਵਾਂ ਨੇ, ਇੱਕ ਉਹਨਾਂ ਦੀ ਤਹਿ, ਇੱਕ ਪਾਪਾਂ ਦੀ। ਜਦ ਤੱਕ ਪਾਪਾਂ ਦੀ ਉੱਚੀ ਹੈ ਮੈਲ ਲੱਗੀ ਮਨ, ਜਪੀ ਚਲੋ ਜਪੀ ਚਲੋ, ਪੁੰਨਾਂ ਦੀ ਉੱਚੀ ਹੋਈ ਜਾਏਗੀ, ਪਾਪਾਂ ਦੀ ਥੱਲੇ ਹੋਈ ਜਾਏਗੀ। ਜਿੱਦਣ ਪੁੰਨਾਂ ਦੀ ਉੱਤੇ ਜਾਣ ਦੀ ਦੇਰ ਹੈ, ਮਨ ਜੁੜਨਾ ਸ਼ੁਰੂ ਹੋ ਜਾਏ। ਮੈਲ ਲੱਥਾਂ ਦੀ ਸਿਮਰਨ ਚ ਇੰਨੀ ਤਾਕਤ, ਇਹਦੀ ਮੈਲ ਵੀ ਲੱਗ। ਅੰਮ੍ਰਿਤ ਨਾਮ ਰਿਧਮਾਏ ਸਮਾਏ, ਇਹ ਜਦੋਂ ਪਹਿਲੀ ਅਸ਼ਟਪਦੀ ਦੇ ਅੰਦਰ ਇੰਨਾ ਕੁ ਮਤਲਬ, ਜਿਹਨੂੰ ਕਹਿੰਦੇ ਨਾ ਉਤਸ਼ਾਹ ਆਉਣਾ ਸ਼ੁਰੂ ਹੋ ਗਿਆ, ਕਿ ਉਹ ਟਾਈਮ ਵਿੱਚ ਇਹੋ ਜਿਹੀ ਅਵਸਥਾ ਬਣ ਜੇ ਕਿ ਸਿਮਰਨ ਛੱਡੀਏ ਹੀ ਨਾ, ਛੱਡੀਏ ਹੀ ਨਾ। ਪ੍ਰਭ ਕਹਿ ਸਿਮਰਨ ਗਰਭ ਨਾ ਵਸੋ, ਗਰਭ ਦੇ ਕੰਮ ਹੀ ਮੋ। ਪ੍ਰਭ ਕਹਿ ਸਿਮਰਨ ਦੁੱਖ ਜਮ ਨਸੋ, ਪ੍ਰਭ ਕਹਿ ਸਿਮਰਨ ਕਾਲ, ਕਹਿੰਦੇ ਮੌਤ ਵੀ ਪਰੇ। ਪ੍ਰਭ ਕਹਿ ਸਿਮਰਨ ਦੁਸ਼ਮਣ ਤਰੇ, ਤੇਰੇ ਨਾਲ ਕੋਈ ਦੁਸ਼ਮਣੀ ਵੀ ਕਰਦਾ, ਤੂੰ ਸਿਮਰਨ ਵਧਾ ਦੇ, ਦੁਸ਼ਮਣ ਵੀ ਪਾਸੇ ਅੜ ਜਾ। ਇਹ ਮਹਾਂਪੁਰਸ਼ਾਂ ਦੇ ਬਚਨ ਨੇ। ਆ ਜਿਹੜਾ ਮਹਾਂ ਸੰਪੜ ਪਾਠ ਹੁੰਦਾ, ਇੱਕ ਸਹਿਜ ਸੰਪੜ ਪਾਠ, ਇੱਕ ਅਖੰਡ ਸੰਪੜ ਪਾਠ, ਇੱਕ ਮਹਾਂ ਸੰਪੜ ਪਾਠ, ਹਰ ਪੰਕਤੀ ਤੇ ਸੰਪੜ। ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ, ਪੂਰੀ ਗੁਰਮਰਿਆਦਾ ਨਾਲ ਕਿਤੇ ਇੱਕ ਮਹਾਂ ਸੰਪਟ ਪਾਠ ਹੋ ਜੇ, 2 ਮੁਲਕਾਂ ਦੀ ਜੰਗ ਹੋਣ ਵਾਲੀ ਹੋਵੇ, ਉਹ ਵੀ ਟਲ ਜਾਂਦੀ, ਉਹ ਵੀ ਟਲ ਜਾਂਦੀ। ਪ੍ਰਭ ਕਹਿ ਸਿਮਰਨ ਦੁਸ਼ਮਣ, ਪ੍ਰਭ ਸਿਮਰਤ ਕਜ ਬੇਗਨ ਨਾ ਲੱਗ। ਇੱਕ ਗੱਲ ਕਰ ਰਹੇ, ਪਿੱਛੇ ਜੇ ਯਤਨ ਕੀਤਾ ਸੀ ਤੇ ਉਹ ਜਦੋਂ ਮੈਂ ਅਰਥ ਬਹਿ ਕੇ ਘਰ, ਉਦੋਂ ਕੁਝ ਹੋਣਾ ਸ਼ੁਰੂ ਹੋ ਜਾਣਾ ਤੇ ਅੰਦਰ ਉਸ ਟਾਈਮ ਇੰਨੀ ਕੁ ਵਿਲ ਪਾਵਰ ਆ ਜਾਣੀ ਕਿ ਦਿਲ ਕਰਨਾ ਸਿਮਰਨ ਛੱਡੀਏ ਹੀ। ਗੁਰੂ ਨਾਨਕ